ਇਸ ਅਸਥਾਨ 'ਤੇ ਤਕਰੀਬਨ 1757 ਇਸ ਵਿੱਚ ਮੁਗਲ ਫੌਜਾਂ ਕੋਲੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਬਾਬਾ ਦੀਪ ਸਿੰਘ ਦੇ ਸਿੰਘਾਂ ਅਤੇ ਮੁਗਲ ਹਕੂਮਤ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਦੀਆਂ ਹਜ਼ਾਰਾਂ ਫੌਜਾਂ ਦਰਮਿਆਨ ਇੱਥੇ ਜੰਗ ਹੋਈ। ਇਸ ਵਿੱਚ ਬਾਬਾ ਦੀਪ ਸਿੰਘ ਦਾ ਸਾਂਝੇ ਵਾਰ ਦੌਰਾਨ ਇਸ ਜਗ੍ਹਾ 'ਤੇ ਸੀਸ ਧੜ ਤੋਂ ਅਲੱਗ ਹੋ ਗਿਆ, ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ। ਸੀਸ ਤਲੀ 'ਤੇ ਰੱਖ ਕੇ ਮੁਗਲ ਫੌਜਾਂ ਨਾਲ ਜੰਗ ਜਾਰੀ ਰੱਖੀ। ਬੜੀ ਜਿਹੜਾ ਕੰਮ ਆਖੀ ਉਹ ਹੁੰਦੇ ਰਹੇ ਤੱਕ ਤੇਰੀ ਗੁਰੂ ਦੀ ਕਿਰਪਾ ਹੋ, ਇੰਨੇ ਯੁੱਗੇ ਨਹੀਂ ਸਗੋਂ ਮਹਾਰਾਜ ਬਹੁਤ ਕੰਮ ਕਰਦਾ। ਅਸੀਂ ਹਰ ਵਾਰੀ ਆਉਂਦੇ ਹਾਂ ਤਾਂ ਮੁੰਡਾ ਮੇਰਾ ਚੱਲ ਗਿਆ ਬਾਹਰ ਅਮਰੀਕਾ, ਮੈਂ ਆਖਿਆ ਵੀ ਉੱਥੇ ਜਾਵੇ ਮਹਾਰਾਜ ਅਮਰੀਕਾ ਚੱਲ ਜਾਏ ਤਾਂ ਉਹ ਅਮਰੀਕਾ ਚੱਲੇਗਾ। ਕੁੜੀ ਜਿਹੜੀ ਮੇਰੀ ਹੈਗੀ ਉਹ ਬਾਹਰ ਵਹਿ ਗਈ, ਉਹ ਵੀ ਬਾਹਰ ਚਲੇ ਗਈ ਆ। ਬੜੀ ਕਿਰਪਾ ਗੁਰੂ ਦੀ, ਇਹਦਾ ਦੇ ਨਹੀਂ ਦੇ ਸਕਦੇ। ਪਹਿਲਾਂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ ਜੀ, ਆਪਣੇ ਬੱਚਿਆਂ ਵਾਸਤੇ ਸੁੱਖਣਾ ਸੁੱਖਣਾ ਆਉਂਦੇ ਹਾਂ। ਬਾਬਾ ਜੀ ਦੀਆਂ ਮਿਹਰਾਂ ਹੁੰਦੀਆਂ, ਕਿਰਪਾ ਹੁੰਦੀ ਆ ਬਾਬਾ ਜੀ ਦੀ। ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ, ਮੈਂ ਹਾਂ ਗੁਰਪ੍ਰੀਤ ਸਿੰਘ ਡੱਬ। ਅੰਮ੍ਰਿਤਸਰ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਅਨੇਕਾਂ ਹੀ ਇੱਥੋਂ ਗੁਰੂ ਪੀਰ ਪੈਗੰਬਰ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਇਸੇ ਤਰ੍ਹਾਂ ਇੱਥੇ ਇਸ ਧਰਤੀ ਦੇ ਉੱਤੇ ਅਨੇਕਾਂ ਹੀ ਜੰਗਾਂ ਹੋਈਆਂ ਨੇ। ਅੱਜ ਗੱਲ ਕਰਾਂਗੇ ਗੁਰਦੁਆਰਾ ਟਾਹਲਾ ਸਾਹਿਬ ਦੀ, ਜਿੱਥੇ ਕਿ ਜੋ ਕਿ ਬਹੁਤ ਹੀ ਇਤਿਹਾਸਿਕ ਸਥਾਨ ਹੈ। ਅੱਜ ਅਸੀਂ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਸੰਗਤ ਜੀ ਤੁਹਾਨੂੰ। ਸੋ ਇਸ ਸਥਾਨ 'ਤੇ ਪਹੁੰਚੇ ਹਾਂ, ਬੜੀ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਹਰ ਐਤਵਾਰ ਨੂੰ ਨਤਮਸਤਕ ਹੁੰਦੀਆਂ ਹਨ। ਸਭ ਤੋਂ ਪਹਿਲਾਂ ਆਪਾਂ ਇਤਿਹਾਸ ਬਾਰੇ ਜਾਣਕਾਰੀ ਕਰਾਂਗੇ, ਸਾਂਝੀ ਕਰਾਂਗੇ। ਇਹ ਇੱਕ ਸ਼ਹੀਦੀ ਸਥਾਨ ਹੈ ਜੋ ਕਿ ਟਾਹਲਾ ਸਾਹਿਬ ਅੰਮ੍ਰਿਤਸਰ ਤਰਨ ਤਾਰਨ ਰੋਡ ਦੇ ਪਿੰਡ ਚੱਬਾ ਦੇ ਨਜ਼ਦੀਕ ਹੈ। ਇਸ ਅਸਥਾਨ 'ਤੇ ਤਕਰੀਬਨ 1757 ਇਸ ਵਿੱਚ ਮੁਗਲ ਫੌਜਾਂ ਕੋਲੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਬਾਬਾ ਦੀਪ ਸਿੰਘ ਦੇ ਸਿੰਘਾਂ ਅਤੇ ਮੁਗਲ ਹਕੂਮਤ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਦੀਆਂ ਹਜ਼ਾਰਾਂ ਫੌਜਾਂ ਦਰਮਿਆਨ ਇੱਥੇ ਜੰਗ ਹੋਈ, ਜਿਸ ਵਿੱਚ ਬਾਬਾ ਦੀਪ ਸਿੰਘ ਦਾ ਸਾਂਝੇ ਵਾਰ ਦੌਰਾਨ ਇਸ ਜਗ੍ਹਾ 'ਤੇ ਸੀਸ ਧੜ ਤੋਂ ਅਲੱਗ ਹੋ ਗਿਆ, ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ। ਸੀਸ ਤਲੀ 'ਤੇ ਰੱਖ ਕੇ ਮੁਗਲ ਫੌਜਾਂ ਨਾਲ ਜੰਗ ਜਾਰੀ ਰੱਖੀ। ਉਹਨਾਂ ਦੀ ਇਸ ਯਾਦਗਾਰ ਨੂੰ ਤਾਜ਼ਾ ਰੱਖਣ ਲਈ ਇੱਥੇ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਕੀਤਾ ਗਿਆ, ਜਿਸ ਦੇ ਤੁਹਾਨੂੰ ਦਰਸ਼ਨ ਕਰਵਾ ਰਿਹਾ। ਸੰਗਤਾਂ ਹਰ ਐਤਵਾਰ ਨੂੰ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ, ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਨੇ, ਇੱਥੇ ਉਹਨਾਂ ਦੀਆਂ ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਸਵੇਰ ਤੋਂ ਹੀ ਸੁਖਮਨੀ ਸਾਹਿਬ ਜੀ ਦੇ ਜਾਪ ਸ਼ੁਰੂ ਹੋ ਜਾਂਦੇ ਨੇ, ਸਾਰਾ ਦਿਨ ਸੰਗਤ ਇੱਥੇ ਹਾਜ਼ਰੀ ਭਰਦੀ ਹੈ, ਸੇਵਾ ਕਰਦੀ ਹੈ, ਦੁੱਧ ਪੁੱਤ ਮੰਗਦੀ ਹੈ, ਉਹਨਾਂ ਦੀਆਂ ਮਨੋ ਮੁਰਾਦਾਂ ਪੂਰੀਆਂ ਨੇ। ਸੋ ਸੰਗਤ ਜੀ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਟਾਹਲਾ ਸਾਹਿਬ ਦੇ, ਜੋ ਕਿ ਅੰਮ੍ਰਿਤਸਰ ਤੋਂ ਤਰਨ ਤਾਰਨ ਰੋਡ ਦੇ ਉੱਤੇ ਪਿੰਡ ਚੱਬਾ ਦੇ ਨਜ਼ਦੀਕ ਸਥਿਤ ਹੈ। ਇਸ ਅਸਥਾਨ 'ਤੇ ਭਾਰੀ ਜੰਗ ਹੋਇਆ ਸੀ, ਜਿਸ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਾਂਝੇ ਵਾਰ ਦੌਰਾਨ ਸੀਸ ਜਿਹੜਾ ਕਿ ਧੜ ਤੋਂ ਅਲੱਗ ਹੋ ਗਿਆ ਅਤੇ ਸੀਸ ਤਲੀ 'ਤੇ ਰੱਖ ਕੇ ਉਹਨਾਂ ਨੇ ਜੰਗ ਜਾਰੀ ਰੱਖੀ, ਹੌਸਲਾ ਨਹੀਂ ਹਾਰਿਆ। ਸੋ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਟਾਹਲਾ ਸਾਹਿਬ ਦੇ। ਸੋ ਦੇਖ ਸਕਦੇ ਕੋਈ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਵਿੱਚ ਗੱਲਬਾਤ ਕਰਾਂਗੇ। ਹਾਂਜੀ ਬਾਬੀ, ਕਿੱਥੋਂ ਆਏ? ਅਸੀਂ ਲੱਗ ਗਿਆ ਗੇਂਡਿਆ ਵਰਪਾਲ। ਹਰ ਐਤਵਾਰ ਆਉਂਦੇ? ਅਸੀਂ ਹਰ ਐਤਵਾਰ ਆਉਂਦੇ ਹਾਂ ਜੀ। ਕਿੰਨੀ ਕੁ ਮਨ ਨੂੰ ਸ਼ਰਧਾ ਹੁੰਦੀ ਸੀ ਜਿੱਥੇ ਆ ਕੇ ਨਤਮਸਤਕ ਹੋਣੇ, ਕਿੰਨੀ ਖੁਸ਼ੀ ਮਿਲਦੀ? ਬੜੀ ਖੁਸ਼ੀ ਮਿਲਦੀ, ਬੜੀ ਜਿਹੜਾ ਕੰਮ ਆਖੀ ਉਹ ਹੁੰਦੇ ਰਹੇ ਤੱਕ ਤੇਰੀ ਗੁਰੂ ਦੀ ਕਿਰਪਾ ਹੋ, ਇੰਨੇ ਯੁੱਗੇ ਨਹੀਂ ਸਗੋਂ ਮਹਾਰਾਜ ਬਹੁਤ ਕੰਮ ਕਰਦਾ।
ਅਸੀਂ ਹਰ ਵਾਰੀ ਆਉਂਦੇ ਹਾਂ ਤਾਂ ਮੁੰਡਾ ਮੇਰਾ ਚਲੇ ਗਿਆ ਬਾਹਰ ਅਮਰੀਕਾ। ਮੈਂ ਆਖਿਆ ਵੀ ਉੱਥੇ ਜਾਵੇ ਮਾਰਾ ਅਮਰੀਕਾ ਚੱਲ ਜਾਏ ਤਾਂ ਉਹ ਅਮਰੀਕਾ ਚਲੇਗਾ। ਕੁੜੀ ਜਿਹੜੀ ਮੇਰੀ ਹੈਗੀ ਉਹ ਬਾਹਰ ਵਿਆਹੀ ਗਈ, ਉਹ ਵੀ ਬਾਹਰ ਚਲੇ ਗਈ ਆ। ਬੜੀ ਕਿਰਪਾ ਗੁਰੂ ਦੀ, ਇਹਦਾ ਦੇ ਨਹੀਂ ਦੇ ਸਕਦੇ ਅਸੀਂ ਤਾਂ, ਕਿ ਇੱਥੇ ਆ ਕੇ ਮੱਥਾ ਹੀ ਟੇਕਦੇ ਹਾਂ, ਹੋਰ ਕੀ ਕਰ ਸਕਦੇ ਹਾਂ। ਕਿੰਨੇ ਸਮੇਂ ਤੋਂ ਤੁਹਾਡੀ ਇੱਥੇ ਆਉਂਦੇ? ਹਾਂ ਮੈਂ ਬੜੇ, ਮੈਂ ਤਾਂ ਬੜੇ ਚਿਰਦਾ ਹੁੰਦਾ ਜੀ। ਹਾਂ ਮੈਨੂੰ ਤਾਂ ਬਾਅਦ 'ਚ ਰੁਕਣੇ ਘੱਟ ਘੁੱਟ 30-40 ਸਾਲ ਹੋ ਗਏ ਹੁਣ। ਹਾਂਜੀ, ਜਿਵੇਂ ਕਿ ਸੰਗਤ ਸ਼ਹੀਦਾਂ ਸਾਹਿਬ ਵਿਖੇ ਚੁਪਹਿਰਾ ਸਾਹਿਬ ਕੱਟਦੀਆਂ ਨੇ ਅਤੇ ਇੱਥੇ ਆ ਕੇ ਵੀ ਚੁਪਹਿਰਾ ਜਾਪ ਕਰਦੀਆਂ ਨੇ, ਕਿਵੇਂ ਦੇ? ਉਹ ਜਿਸ ਤਰ੍ਹਾਂ ਕਿਸੇ ਦੀ ਸ਼ਰਧਾ ਜੀ ਇੱਥੇ, ਉਹ ਵੀ ਮਹਾਰਾਜ ਬਾਬਾ ਦੀਪ ਸਿੰਘ ਸਥਾਨ ਦੇ ਵੀ ਕਿਸੇ ਦੀਆਂ ਮੰਗਾਂ ਪੂਰੀਆਂ ਹੁੰਦੀਆਂ, ਕਿਸੇ ਦੀ ਭਾਵਨਾ ਹੁੰਦੀ ਆ, ਕੋਈ ਮਹਾਰਾਜ ਨੂੰ ਸ਼ਾਂਤੀ ਮਿਲਦੀ ਮਹਾਰਾਜ ਵੱਲੋਂ ਤਾਂ ਹੀ ਹੁੰਦਾ ਜੀ। ਕੋਈ ਕਹਿਣਾ ਚਾਹੋਗੇ ਸੰਗਤ? ਮੈਂ ਇਹੋ, ਮਹਾਰਾਜ ਘਰ ਸ਼ਰਧਾ ਨਾ ਆਓ ਤਾਂ ਮਹਾਰਾਜ ਸਾਰੇ ਕੰਮ ਪੂਰੇ ਕਰਦਾ ਜੀ। ਇਹੋ ਮੈਂ ਸੰਗਤ ਨੂੰ ਸੁਣਾ ਦਿੰਦਾ ਕਿ ਮਹਾਰਾਜ ਸ਼ਾਂਤੀ ਨਾ ਹੋ, ਰੱਬਾਂ ਪਾਓ, ਆਰਾਮ ਨਾਲ ਮਹਾਰਾਜ ਦਾ ਨਾਮ ਲਓ ਆਣ ਕੇ। ਹਾਂਜੀ, ਦੇਖ ਸਕਦੇ ਹੋ ਕਿ ਸੰਗਤ ਜਿਹੜੀ ਕਿ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ, ਉਹਨਾਂ ਵੱਲੋਂ ਇੱਥੇ ਆ ਕੇ ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਤਕਰੀਬਨ ਕਾਫੀ ਸਾਲਾਂ ਤੋਂ ਇੱਥੇ ਸੰਗਤ ਜਿਹੜੀ ਕਿ ਨਤਮਸਤਕ ਹੋਣ ਲਈ ਪਹੁੰਚਦੀ ਹੈ, ਔਰ ਵੱਡੀ ਗਿਣਤੀ ਤੁਸੀਂ ਦੇਖਦੇ ਦੂਰੋਂ ਦੂਰੋਂ ਜਿਹੜੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ। ਸੋ ਗੱਲਬਾਤ ਕਰਦੇ ਸੰਗਤ ਦੇ ਨਾਲ, ਹੋਰ ਵੀ ਜਿਹੜੇ ਕਿ ਇੱਥੇ ਸੰਗਤ ਹਾਜ਼ਰੀ ਭਰਨ ਲਈ ਇੱਥੇ ਪਹੁੰਚਦੀ ਹਰ ਐਤਵਾਰ ਨੂੰ। ਚੁਪਹਿਰਾ ਜਾਪ ਵੀ ਸੁਖਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ, ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੰਗਤ ਦੇ ਨਾਲ। ਸੰਗਤ ਨਾਲ ਗੱਲ, ਹਾਂਜੀ, ਕੀ ਨਾਮ? ਮਿਸ ਵੀ ਹੋ ਜਾਂਦਾ ਹੈ। ਕੀ ਨਾਮ ਹੈ? ਮੇਰਾ ਨਾਮ ਪ੍ਰੇਮਲਤਾ। ਕਿੱਥੋਂ ਆਏ ਹੋ? ਤਰਨ ਤਾਰਨ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਕਿ ਟਾਹਲਾ ਸਾਹਿਬ ਤੁਸੀਂ ਦਰਸ਼ਨ ਕਰਨ ਲਈ? ਟਾਹਲਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਜੀ, ਆਪਣੇ ਬੱਚਿਆਂ ਵਾਸਤੇ ਸੁੱਖਣਾ ਸੁੱਖੜ ਆਉਂਦੇ ਹਾਂ। ਬਾਬਾ ਜੀ ਦੇ ਮਿਹਰਾਂ ਹੁੰਦੀਆਂ, ਕਿਰਪਾ ਹੁੰਦੀ ਆ ਬਾਬਾ ਜੀ ਦੀ। ਕਿੰਨੇ ਚਿਰ ਤੋਂ ਆ ਰਹੇ ਹੋ? ਆਉਂਦੇ ਤਾਂ ਅਸੀਂ ਬੜੇ ਚਿਰ ਤੋਂ, ਕਦੀ ਨਾਗਾ ਵੀ ਹੋ ਜਾਂਦਾ, ਗ੍ਰਿਸਤੀ ਵਾਲੇ ਹਾਂ, ਕਦੀ ਆਉਣਾ ਜਾਣਾ ਵੀ ਪੈ ਜਾਂਦਾ, ਕਦੀ ਵੈਸੇ ਵੀ ਨਾਗਾ ਹੋ ਜਾਂਦਾ, ਕਹਿ ਨਹੀਂ ਸਕਦੇ। ਜਦੋਂ ਬਾਬਾ ਬੁਲਾ ਲੈਂਦਾ ਆ ਜਾਈਦਾ। ਹਾਂਜੀ ਹਾਂਜੀ ਹਾਂਜੀ, ਇਹੋ ਕੁਛ ਮੰਗਣਾ ਆਈਦਾ ਬਾਬਾ ਜੀ। ਵਾਹਿਗੁਰੂ ਜੀ। ਹਾਂ, ਕੁਛ ਦਿੰਦਾ ਬਾਬਾ, ਬਹੁਤ ਕੁਛ ਦਿੰਦਾ ਬਾਬਾ। ਹਾਂਜੀ ਹਾਂਜੀ, ਬਾਬਾ ਜੀ ਸੁਣਦੇ ਆ, ਸੁਣਦੇ ਆ ਸਭ ਕੁਛ, ਦਿਲ ਦੀਆਂ ਜਾਣਦੇ ਨੇ, ਜਾਨੀ ਜਾਨ ਨੇ। ਜਿਵੇਂ ਕਿ ਚੁਪਹਿਰਾ ਜਾਪ ਕੀਤਾ ਜਾਂਦਾ, ਤੁਸੀਂ ਵੀ ਚੁਪਹਿਰੇ ਜਾਪ ਚ ਹਾਜ਼ਰੀ ਭਰਨੀ? ਨਹੀਂ ਜੀ, ਅਸੀਂ ਖੁੱਲਾ ਹੀ ਮੱਥਾ ਟੇਕਣੀ ਆ। ਸੇਵਾ ਕੀਤੀ ਜਾਂਦੀ? ਨਹੀਂ ਹੁੰਦੀ ਨਹੀਂ, ਸਿੱਧੇ ਹੀ ਦਰਸ਼ਨ ਦੇ ਕਰਕੇ ਤੁਰੇ ਜਾਈਦਾ ਬਾਬਾ ਜੀ ਤੇ। ਹਾਂਜੀ ਭਾਈ, ਖਾਲਸਾ ਫਤਿਹ ਜੀ। ਖਾਲਸਾ ਫਤਿਹ, ਰੂੜਿਆ ਸਤਵਾਇਆ ਜੀ, ਸਹਿਲਪ੍ਰੀਤ ਸਿੰਘ। ਕੀ ਕਹਿਣਾ ਚਾਹੋਗੇ ਅੱਜ ਟਾਹਲਾ ਸਾਹਿਬ ਦੇ ਦਰਸ਼ਨ ਹੋਏ ਨੇ, ਨਤਮਸਤਕ ਹੋਏ ਹੋ, ਸੇਵਾ ਕੀਤੀ ਗਈ ਹੈ, ਤੁਹਾਡੇ ਵੱਲੋਂ ਬਾਣੀ ਵੀ ਸੁਣੀ ਗਈ ਹੈ, ਕੀ ਕਹਿਣਾ ਚਾਹੋਗੇ? ਹਾਂਜੀ ਬਾਬਾ ਜੀ, ਬਹੁਤ ਵਧੀਆ ਇੱਥੇ ਸਾਨੂੰ ਲੱਗਦਾ ਜੀ, ਅਤੇ ਗੁਰੂ ਦੇ ਦਰਸ਼ਨ ਕਰਕੇ ਸਾਨੂੰ ਬਹੁਤ ਮਹਿਸੂਸ ਹੁੰਦਾ ਮਹਾਰਾਜ ਦਾ। ਹਾਂਜੀ, ਹਰ ਐਤਵਾਰ ਆਈਦਾ ਜੀ। ਹਰ ਐਤਵਾਰ ਹਾਜ਼ਰੀ ਭਰਦੇ ਹੋ? ਕਿੰਨਾ ਕੁ ਸਮਾਂ ਹੋ ਗਿਆ ਦੇਖਿਆ ਵੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਭਚੰਗੀ ਨਾਲ ਲੈ ਕੇ ਪਹੁੰਚੇ? ਹਾਂਜੀ ਬਾਬਾ ਜੀ, ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਜੀ, ਆਸਾ ਮੁਰਾਦਾ ਪੂਰੀ ਹੁੰਦੀ ਇੱਥੋਂ, ਇਸ ਕਰਕੇ ਜੀ ਬਾਬਾ ਜੀ। ਗੁਰਦੁਆਰਾ ਟਾਹਲਾ ਸਾਹਿਬ ਜੋ ਕਿ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦੇ ਪਿੰਡ ਚੱਬਾ ਦੇ ਨਜ਼ਦੀਕ ਹੈ, ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ, ਸੋ ਹਰ ਐਤਵਾਰ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ। ਦੇਖਦੇ ਰੋਜ਼ਾਨਾ ਸਪੋਕਸਮੈਨ ਟੀ ਵੀ, ਗੁਰਪ੍ਰੀਤ ਸਿੰਘ ਡੱਬ।